بسم اللہ الرحمن الرحیم فاطمہ جی جی ਅੱਜ ਗਰਮੀ ਦੀ شدت ਹਾਂਜੀ ਤੁਸੀਂ ਜਾਣਦੇ ਹੋ ਬਹੁਤ ਜ਼ਿਆਦਾ ਗਰਮੀ ਆ ਹਾਂਜੀ ਤੇ ਅਸੀਂ ਇੱਥੋਂ ਗੁਜ਼ਰ ਰਹੇ ਸੀਗੇ ਤੇ ਇੱਕ ਫੈਮਿਲੀ ਜਿਹੜੀ ਆ ਨਾ ਉਹ ਬੈਠੀ ਸੀ ਸਾਨੂੰ ਨਜ਼ਰ ਆਈ ਆ ਹਾਂਜੀ ਇੱਕ ਛੋਟਾ ਜਿਹਾ ਬੱਚਾ ਵਾਂ ਹਾਂਜੀ ਤੇ ਇੱਕ ਭਾਈ ਖੁਦ ਬੈਠੇ ਹੋਏ ਨੇ ਹਾਂਜੀ ਦਰਖਤ ਦੇ ਸਾਏ ਦੇ ਥੱਲੇ ਜੀ ਤੇ ਸਾਨੂੰ ਮਹਿਸੂਸ ਹੋਇਆ ਕਿ ਨਾ ਇਹ ਹੱਕਦਾਰ ਆ ਕਿਉਂ ਨਾ ਇਹਨਾਂ ਨਾਲ ਜਾ ਕੇ ਆਪਾਂ ਹਾਂਜੀ ਹਾਲ-ਵਾਲ ਵਣ ਲੀਤਾ ਜਾਵੇ ਨਾ ਕੋਈ ਪੁੱਛ ਲੀਤਾ ਜਾਵੇ ਵੀ ਕੀ ਮਸਲਾ ਕੋਈ ਪਾਣੀ ਵਗੈਰਾ ਦੀ ਜ਼ਰੂਰਤ ਹੈ ਤੇ ਇਹਨਾਂ ਨੂੰ ਆਪਾਂ ਪਾਣੀ ਵਗੈਰਾ ਪਾਣੀ ਪਿਲਾ ਦਈਏ ਹਾਂਜੀ ਤੇ ਮੈਨੂੰ ਲੱਗਦਾ ਮੌਸਮ ਬੈਲੂਨ ਸੇਲ ਕਰਦੇ ਆ ਲੇਕਿਨ ਹੈਰਤ ਦੀ ਗੱਲ ਇਹ ਆ ਕਿ ਛੋਟਾ ਜਿਹਾ ਬੱਚਾ ਉਹਨਾਂ ਦੇ ਨਾਲ ਕਿਉਂ ਆ ਮਜ਼ੀਦ ਚਾਲਦੇ ਆ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਇੰਨੀ ਗਰਮੀ ਆ ਕਿ ਪੈਰ ਜਿਹੜੇ ਆ ਨਾ ਉਹ ਸੜਨ ਦੇ। ਜਿਹੜੀ ਹੈ ਨਾ ਇਹ ਤਾਂ ਧਰ ਰਹੀ ਹੈ। ਰੇਤਾਰੇ ਇਤਨਾ ਇਲਾਕਾ ਸਾਰਾ ਇੱਧਰ ਟਿੱਬੇ ਆ। ਦੁਪਹਿਰ ਦੇ ਟਾਈਮ ਇਹ ਵੈਸੀ ਤਪ ਜਾਂਦੀ ਹੈ। ਹਾਂਜੀ। ਤੇ ਇੰਨੀ ਤਪਦੀ ਕਿ ਤੁਸੀਂ ਜੁੱਤੀ ਉਤਾਰਦੇ ਨਾ ਤਾਂ ਹਾਂਜੀ ਨਹੀਂ ਧਰਿਆ ਜਾਂਦਾ ਪੈਰਾਂ ਦੇ ਵਿੱਚ ਆ ਰਹੀ ਹੈ ਗਰਮ ਆ ਬਹੁਤ ਜ਼ਿਆਦਾ। ਬਹੁਤ ਗਰਮ ਹੈ। ਤਪੀ ਪਈਆ 2 ਵਜਰੇ ਦੁਪਹਿਰ ਦੇ। ਹਾਂ। ਤੇ ਫਿਰ ਇਸ ਟਾਈਮ ਇਦਾਂ ਹੀ ਆ ਨਾ ਬਹੁਤ ਜ਼ਿਆਦਾ ਗਰਮੀ ਪੈ ਰਹੀ ਆ। ਤਾਰ ਦੇ ਉੱਤੇ ਕਿਉਂ ਬਿਠਾਇਆ ਹੋਇਆ ਬੱਚੇ ਨੂੰ ਬਿਜਲੀ ਦੀ ਤਾਰ ਆ ਮੈਨੂੰ ਲੱਗਦਾ। ਅਸਲਾਮੁਅਲੈਕਮ। ਲਾਲਾ ਜੀ ਕੀ ਹਾਲ ਹੈ ਠੀਕ ਹੋ ਕਿਵੇਂ ਬੈਠੇ ਹੋ ਇੱਥੇ ਛਾਂ ਥਲੇ ਬੈਠੇ ਹੋ ਤੇ ਇਹ ਬੱਚਾ ਤੁਹਾਡਾ ਕੀ ਲੱਗਦਾ ਬੇਟਾ ਬੇਟਾ ਤੇ ਇਹ ਗੁਬਾਰੇ ਟੰਗੇ ਹੋਏ ਆ ਕੀ ਵਜ੍ਹਾ ਸੇਲ ਕਰਦੇ ਹੋ ਹਾਂ ਸੇਲ ਕਰਦੇ ਕਿੰਨੇ ਬੱਚੇ ਆ ਭਾਜੀ ਤੁਹਾਡੇ ਤੇ ਤੁਹਾਡਾ ਨਾਮ ਨਜ਼ੀਰ ਨਜ਼ੀਰ ਹੈ ਅੱਛਾ ਤੇ ਨਜ਼ੀਰ ਭਾਈ ਛੋਟੇ ਬੱਚੇ ਨੂੰ ਕਾਹਤੋਂ ਨਾਲ ਲਈ ਫਿਰਦੇ ਜੇ ਗਰਮੀ 'ਚ ਵਾਇਰਲ ਲੈ ਬਾ ਕੋਈ ਝਲਾਨਾ ਕੋਈ ਪਕੜਨ ਵਾਲਾ ਨਹੀਂ ਆ ਇਹਦੀ والدہ ਕਿੱਥੇ ਆ ਇਨਾਲਲਾਹਿ ਵਾ ਇਨਾਲੇਹ ਰਾਜੀ ਉਹਨ ਕੀ ਨਜ਼ਰ ਹੋ ਗਿਆ ਉਹਨਾਂ ਨੂੰ ਫੋਟ ਹੋ ਗਿਆ ਨੂੰ 2 ਸਾਲ 2 ਸਾਲ ਤਕਰੀਬਨ 1 ਸਾਲ ਦਾ ਸੀਗਾ ਜੀ ਜੀ ਇਧਰ ਆਓ ਮੇਰੇ ਪਾਸ ਆਓ ਇਧਰ ਆਓ ਜਾ ਮੇਰਾ ਬੇਟਾ ਆਂਟੀ ਕੇ ਪਾਸ ਜਾਓ ਕੀ ਨਾਮ ਹੈ ਆਪਕਾ ਨਾਂ ਕੀ ਹੈ ਮਾਨਲੀ ਮਾਨਲੀ ਅੱਛਾ 1 ਸਾਲ ਦਾ ਸੀ ਜਦੋਂ ਇਹਦੀ ਜਿਹੜੀ ਹੈ ਨਾ ਫੋਟ ਹੋਈ ਜਾਂਦੀ ਤੁਹਾਡੇ ਬੱਚੇ ਕਿੰਨੇ ਆ ਜੀ ਇੱਕ ਬੱਚਾ ਹੈ ਤੁਹਾਡਾ ਤਾਂ ਫਿਰ ਇਹ ਯਾਨੀ ਹਾਂ ਜ਼ਹਿਰੀ ਗੱਲਾਂ ਕਰੇ ਤੁਸੀਂ ਕਿਧਰ ਕੋ ਛੱਡ ਕੇ ਜਾਂਦੇ ਹੋ ਜਦੋਂ ਤੁਸੀਂ ਕਿਧਰ ਹੀ ਗਈ ਖੁਰਾ ਹਾਂ ਫਿਰ ਲੱਭਦਾ ਹੁਣ ਤੁਸੀਂ ਕਿੱਥੋਂ ਆ ਰਹੇ ਹੋ ਸੇਲ ਕਰਕੇ ਆ ਗੁਬਾਰੇ ਮੁਬਾਰੇ ਸੇਲ ਕਰਕੇ ਆਏ ਹੋ ਬੱਚੇ ਨੇ ਜੁੱਤੀ ਵੀ ਨਹੀਂ ਪਾਈ ਹੋਈ ਜੁੱਤੀ ਨਹੀਂ ਪਈ ਹੁੰਦੇ ਅੱਛਾ ਜੁੱਤੀ ਨਹੀਂ ਹੈ ਜੁੱਤੀ ਨਹੀਂ ਇੰਨੀ ਗਰਮ ਰੇਤ ਦੇ ਉੱਤੇ ਉਦਾਂ ਹੀ ਨੰਗੇ ਪੈਰੀ ਤੁਰਿਆ ਫਿਰਦਾ ਤੇ ਇਹ ਸ਼ੁਰੂ ਤੋਂ ਤੁਹਾਡੇ ਕੋਈ ਇਕੱਲੇ ਹੀ ਤੁਸੀਂ ਸਾਹਮਦੇ ਜੇ ਇਹਨੂੰ ਹਾਂ ਇਕੱਲਾ ਮੇਰਾ ਤਦੀ ਮੌਸਮ ਉਹ ਗੋਚੀ ਬੈਠਾ ਵਾ ਅੱਗੇ ਪਿੱਛੇ ਨਹੀਂ ਹੁੰਦਾ ਇਹ ਕਿੰਨੇ ਸਾਲ ਦਾ ਸੀਗਾ ਬੱਚਾ ਜਦੋਂ ਇਹਦੀ والدہ ਫਤ ਹੋਈ ਹੈ ਇਹ 2 ਸਾਲ ਦਾ ਹੈ ਇੱਧਰ ਆ ਜਾਓ ਇੱਧਰ ਆ ਜਾ 2 ਸਾਲਾਂ ਦਾ ਹੈ ਇੱਥੇ ਆ ਜਾ ਅੱਛਾ ਹੁਣ ਇਹਦੀ ਕਿੰਨੀ ਉਮਰ ਆ 4 ਸਾਲ ਦਾ ਹੈ 4 ਸਾਲ ਅੱਛਾ ਕਿੰਨੇ ਸਾਲ ਦਾ ਸੀਗਾ 2 ਸਾਲ ਦਾ ਸੀ ਜਦੋਂ ਦੀ والدہ ਫੌਤ ਹੋਈ ਆ ਤੇ ਹੁਣ ਉਮਰ 4 ਸਾਲ ਆ ਤੇ ਮਾਸ਼ਾਅੱਲਾ ਬੰਦਾ ਦੇਖੀ ਸਿਆਣਿਆਂ ਤਰ੍ਹਾਂ ਜਿੱਦਾਂ ਬਹੁਤ ਸਮਝਦਾਰ ਹੁੰਦਾ ਅੱਛਾ 2 ਸਾਲ 2 ਮਹੀਨੇ ਦਾ ਸੀ ਜਦੋਂ والدہ ਫੌਤ ਹੋਈ ਦੋ ਸਾਲ ਦੀ ਸੀਗੀ ਇਹ ਬੱਚਾ ਸੀਗਾ ਜਦੋਂ ਇਹਦੀ والدہ ਫੌਤ ਹੋਈ ਆ ਹੁਣ ਇਹ ਬੱਚਾ 4 ਸਾਲ ਦਾ ਯਾਨੀ ਕਿ ਇਹਦੀ والدہ ਫੌਤ ਹੋਈ ਨੂੰ 2 ਸਾਲ ਹੋ ਗਏ ਆ ਅੱਛਾ ਅੱਛਾ ਤੇ ਤੁਹਾਡੀ ਫੇ ਰੋਟੀ ਰੋਟੀ ਕੌਣ ਪਕਾਂਦਾ ਆਪ ਪਕਾਉਂਦੇ ਆ ਆਪ ਹੀ ਪਕਾਉਂਦੇ ਹੋ ਅੱਛਾ ਭਾਜੀ ਇਹ ਦੱਸੋ ਆ ਜਿਹੜੇ ਬਲੂਨ ਵਗੈਰਾ ਸੇਲ ਕਰਦੇ ਹੋ ਕਿੰਨੇ ਕਿਤੇ ਇੱਕ ਜਿੰਨੇ ਸੇਲ ਕਰ ਲੈਂਦੇ ਆ ਕੋਈ ਵੇਲੇ ਸੇਲ ਹੋ ਗਈ ਬਾਈ ਨਾ ਸੋ ਬਸ ਅੱਛਾ ਪੱਲੂ ਪਾਇਆ ਜੀ ਅੱਛਾ ਜੀ ਜੀ ਬਾਦਮ ਜੀ ਮੈਂ ਕਿਹਾ ਆਪਾਂ ਇਹਨਾਂ ਦੇ ਘਰ ਚੱਲਦੇ ਹਾਂ ਹਾਂ ਜੀ ਇਹਨਾਂ ਦੇ ਘਰ ਚਾਲਦੇ ਆ ਚੱਲੋ ਤੁਹਾਡੇ ਘਰ ਚਲੀਏ ਉਥੇ ਤੁਹਾਡੇ ਘਰ ਜੁਲੋ ਜੁਲੀ ਲੋ ਘਰ ਅੱਛਾ ਚਲੋ ਚਲੋ ਤੁਸੀਂ ਬਿਠਾਓ ਬੱਚੇ ਨੂੰ ਸਾਈਕਲ ਤੇ ਬਿਠਾ ਲਓ ਇਹਦੇ ਪੈਰ ਨਾ ਸੜਨ ਜ਼ਮੀਨ ਬਹੁਤ ਗਰਮ ਆ ਜੀ ਲੋ ਕੋਤਾਜਾ ਬੱਚਾ ਵਾ ਵਿਚਾਰਾ ਜੇਦੀ والدہ ਇੰਤਕਾਲ ਕਰ ਗਈ ਆ ਤੇ ਉਹਦਾ ਵਾਲੇ ਜਿਹੜਾ ਵਾ ਮਿਹਨਤ ਮਜ਼ਦੂਰੀ ਕਰਦਾ ਵਾ ਲੇਕਿਨ ਆਪਣੇ ਬੱਚੇ ਨੂੰ ਨਾਲ ਨਾਲ ਰੱਖਦਾ ਵਾ ਬਲੂਨ ਸੇਲ ਕਰਨ ਜਾਂਦਾ ਤੇ ਬੱਚੇ ਨੂੰ ਨਾਲ ਹੀ ਲੈ ਕੇ ਜਾਂਦਾ ਕਿਹਨੇ ਦਿਖਾ ਰਿਹਾ ਆਪਣਾ ਦਿਖਾ ਰਿਹਾ ਇਹਨਾਂ ਵੇ ਜੀਆ ਘਰ ਤਾਂ ਮੇਂ ਦਰਵਾਜ਼ਾ ਹੀ ਕੋਈ ਨਹੀਂ ਘਰਵਾਜ਼ਾ ਹੈ ਨਹੀਂ ਗਾ ਤੇ ਘਰ ਦੀ ਹਾਲਤ ਵੀ ਖਸਤਾ ਵਾ ਆ ਆ ਆ ਸਹੀ ਕੰਮ ਯਾਰ ਕਿਔਰੋ ਤੇ ਨਾਲੀ ਕਾ ਅਰਧਾ ਜਿਹੜਾ ਹਨਾ ਸਹੀ ਗੱਲ ਉਹ ਸਿਸਟਮ ਚੱਲਦਾ ਹਾਂਜੀ ਔਰੋ ਤੋਂ ਬਗੈਰ ਵੀ ਕੋਈ ਕੰਮ ਨਹੀਂ ਕੋਈ ਕੰਮ ਨਹੀਂ ਓਏ ਹੋਏ ਵੇਖੋ ਕੋਈ ਹੈ ਹਾਲ ਇੱਥੇ ਪਾਣੀ ਦਾ ਇੰਤਜ਼ਾਮ ਵੀ ਕੋਈ ਨਹੀਂ ਆ ਦੇਖ ਨਲਕੇ ਦੀ ਐ ਜਾਓ ਇਹ ਕੱਲੀ ਇਹ ਕਾ ਤੋਂ ਲੱਗੀ ਹੋਈ ਆ ਲਓ ਜਿਹੜੀ ਉਹ ਗੱਲ ਕੀ ਹੋਣੀ ਆ ਨਾ ਇਹਦੀ ਹਾਂ ਹਾਂ ਉਹ ਸਿਰਫ ਲੋਹੇ ਦਾ ਉਹ ਨਲਕੇ ਦਾ ਪਾਣੀ ਵਿਚਾਰੇ ਭਾਰ ਕੇ ਪਤਾ ਨਹੀਂ ਕਿੱਥੋਂ ਸਮਾ ਲਾ ਕਰ ਦਿੰਦੇ ਪਰ ਹਾ ਫਾਤਮਾ ਲੇਕਾ ਸਲਾਮ ਹਾਂਜੀ ਨਜ਼ੀਰ ਭਾਈ ਜੀ ਸਾਈਂ ਇਹ ਕਮਰੇ ਦੀ ਕੀ ਹਾਲਤ ਕੀਤੀ ਬਸ ਸਫਾਈ ਕਰਾ ਲੈ ਕੋਈ ਹੋਵੇਗਾ ਤੇ ਫਾਤਮਾ ਜੀ ਜੀ ਅੰਮਰੇ ਵਿਹਾਰੇ ਜਿੱਥੇ ਰਹਿੰਦੇ ਆ ਤੇ ਤੁਸੀਂ ਬਹਿੰਦੇ ਕਿੱਥੇ ਦੇ ਵੀਰੇ ਇੱਥੇ ਤਾਂ ਸਾਰਾ ਤੁਹਾਡਾ ਕਾਟ ਤੋਂ ਬਾਹਰ ਜੀ ਕੀ ਕਰਵਾਲੋ ਹਾਂ ਇਦਾਂ ਹੀ ਐ ਪੱਖਾ ਪੁੱਖਾ ਵੀ ਹੈ ਨਹੀਂ ਲੈਟ ਹੈ ਨਹੀਂ ਲੈਟ ਕਰਨੇ ਲੈਟਾ ਜਿ ਖੜੀਏ ਤੋਂ ਹਮੇ ਚੱਲਦੇ ਅੱਛਾ ਅੱਛਾ ਹੋਏ ਹੋਏ ਇਹ ਪੇਟੀਆਂ ਕਿਹਦੀਆਂ ਪਾਈਆਂ ਤੁਹਾਡੀ ਮੇਰੇ ਬਹਿਰ ਦਬਦੀਆਂ ਬੇਗਮ ਬੇਗਮ ਸੁਮਾਨ ਪਿਆਵਾ ਤੇ ਬੇਗਮ ਨਹੀਂ ਰਹੀ ਵਿਚਾਰੀ ਸਹੀ ਤੇ ਬੱਚਾ ਵੀ ਸਾਰਾ ਦਿਨ ਤੁਹਾਡੇ ਨਾਲ ਹੀ ਰਹਿੰਦਾ ਹੱਸ ਮੇਰੇ ਕੋਲ ਰਹਿੰਦਾ ਹੈ ਇਹਦੀ ਕੋਈ ਦਾਦੀ ਕੋਈ ਫੁੱਫੋ ਕੋਈ ਨਹੀਂ ਹੈ ਦਾਦੀ ਹੋਵੇ ਜਾਂ ਝੱਲਾਂ ਵਾਲਾ ਕੋਈ ਹੋਵੇ ਜਾਂ ਝੱਲ ਅਗੇ ਭਾਈ ਕੋਲ ਖੜਾ ਆ ਗਿਆ ਮੈਂ ਅੱਛਾ ਵੱਡੇ ਕੋਲ ਅੱਛਾ ਇਹ ਕੋਟ ਕੋਟਦੇ ਹੁੰਦੇ ਬਾਹਰ ਸਿਰ ਪਾੜ ਖੜਾ ਹੋ ਜਾਣਾ ਆਹ ਇਧਰ ਆਓ ਛੋਟੂ ਬਾਤ ਸੁਨੋ ਮੁੰਸਨ ਬਾਹਰ ਕਿਤੇ ਛਾਵੇਂ ਆਜੋ ਹੈ ਛਾਂ ਹੈ ਨਹੀਂ ਛਾਂ ਹੈ ਨਹੀਂ ਕਿ ਬਾਹਰ ਕਿਤੇ ਵੀ ਇਨੀ ਗਰਮੀ ਦੇ ਵਿੱਚ ਬਗੈਰ ਲੈਟ ਤੋਂ ਬਗੈਰ ਸਾਈਟ ਲੈਟ ਹੁਣ ਆਈ ਖੜੀਏ ਟ੍ਰਾਫਿਕਾਂ ਲੱਗਾ ਗੜੇ ਹੁੰਦੇ ਹੁੰਦੇ ਲੈਟ ਚੱਲਦੇ ਗੜੇ ਮੀਟਰ ਜਾਂ ਆ ਇੱਕ ਹੁਣ ਚਾਰ ਪਾਈ ਪਈ ਐ ਇੱਥੇ ਪੈ ਜਾਂਦੇ ਹੁਣ ਮੀਟਰ ਕਹਿਣੀ ਤੇ ਆ ਅੱਛਾ ਇਹ ਦੱਸੋ ਮੈਨੂੰ ਮੈਂ ਫਾਜ਼ਨਾ ਜੀ ਇਸ ਤਰ੍ਹਾਂ ਦੀ ਫੈਮਿਲੀ ਪਹਿਲੀ ਵਾਰ ਦੇਖੀ ਆ ਹਾਂ ਜੀ ਕਿ ਜਿਸ ਬੱਚੇ ਦੀ ਮਾਂ ਵਫਾਤ ਪਾ ਗਈ ਹੈ ਹਾਂ ਜੀ ਤੇ ਬੱਚਾ ਜਿਹੜਾ ਆਪਣੇ ਵਾਲਦ ਦੇ ਨਾਲ ਨਾਲ ਹੋਵੇ ਇਹ ਤਾਂ ਆਪਣਾ ਨਯਾਬ ਵਾਲਾ ਹਾਲ ਹੁੰਦਾ ਸਹੀ ਗੱਲ ਆ ਇਸੇ ਤਰ੍ਹਾਂ ਜਿੱਥੇ ਜਾਂਦੇ ਆ ਆਪਣੇ ਨਯਾਬ ਨੂੰ ਨਾਲ ਨਾਲ ਰੱਖਦੇ ਆ ਤੇ ਪਰਲ ਹਿੰਮਤ ਆ ਇਹਨਾਂ ਨੇ ਰੋਦੀ ਵੀ ਕਰਨੀ ਆ ਬੱਚੇ ਨੂੰ ਵੀ ਨਾਲ ਨਾਲ ਸਾਥ ਬੱਚੇ ਨੇ ਵੀ ਨਾਲ ਨਾਲ ਰੱਖਣਾ ਇਹਨਾਂ ਨੇ ਤੇ ਮੈਂ ਤਾਂ ਖੁਦ ਬੜਾ ਹੈਰਾਨ ਕੀ ਮਸਲਾ ਕਿਉਂ ਖੰਗ ਰਿਹਾ ਇਹ ਵੇ ਖੰਗਦੇ ਰਾਤ ਦਵਾਈ ਕਹਿੰਦੇ ਆ ਹੁਣ ਸਵੇਰੇ ਦਵਾਈ ਕਹਿੰਦੇ ਆ ਅੱਛਾ ਯਾ ਇਹਨਾਂ ਦੀ ਦਿੱਤੀ ਦਾ ਨਿਯਮ ਸਾਰਿਆਂ ਤੋਂ ਹੁਣ ਦਵਾਈ ਕਹਿੰਦੇ ਆ ਜਵਾਨ ਇਧਰ ਆਓ ਬੇਟਾ ਜੂਤਾ ਦੇ ਇਧਰ ਆਓ ਮੇਰੇ ਪਾਸ ਆਓ हमारे साथ जाने है? मेरे साथ मेरे साथ मेरे घर रह लो हैं हम आपका ख्याल करेंगे स्कूल भेजेंगे आपको जाओगे कि नहीं जाओगे हमारे साथ जाओगे <laughs> समझ <समेंग> नहीं <laughs> लगती नहीं बोल दे बोले रहे। अच्छा ना ओ, अच्छा घबराया पहली दफा देखा चाहो तो साज दो अदयाल करा ਮਾਇਓ ਜ਼ੋਰ ਰੱਖੀ ਬਾਜੀ ਬੇ ਉਹ ਵਜੇ ਦਾ ਹੋਰ ਮੈਂ ਕਹਿ ਜਾ ਹਾਂ ਲੈ ਬੇਟਾ ਜੁੱਤੀ ਪਾਓ ਬੱਚਾ ਇੱਕ ਮਿੰਟ ਵੀ ਮੋਸਨ ਆਪਣੇ ਬਾਪ ਤੋਂ ਦੂਰ ਨਹੀਂ ਹੁੰਦਾ ਉਹ ਬਾਹਰ ਆਉਂਦੇ ਆ ਤੇ ਬਾਹਰ ਆ ਜਾਂਦਾ ਅੰਦਰ ਜਾਂਦੇ ਆ ਤੇ ਅੰਦਰ ਚਲ ਜਾਂਦਾ ਚਲੋ ਜੀ ਹੁਣ ਜਿਹੜਾ ਨਾ ਪੈਰ ਨਹੀਂ ਸੜਨਗੇ ਆ ਲੋ ਤੁਸੀਂ ਵੀ ਪਾਓ ਜੁੱਤੀ ਤੁਸੀਂ ਵੀ ਪਾ ਲਓ ਤਪਦੀ ਰੇਤ ਦੇ ਵਿੱਚ ਜੁੱਤੀਆਂ ਦਾ ਇਹ ਹਾਲ ਹੋਵੇ ਤੇ ਇੱਕ ਬੱਚੇ ਦੀ ਜੁੱਤੀ ਹੈ ਹੀ ਨਹੀਂ ਨੰਗੇ ਪੈਰੀ ਵਿਚਾਰਾ ਤੁਰਿਆ ਫਿਰਦਾ ਸੀ ਨਹੀਂ ਤੇਜ਼ ਧੁੱਪ ਦੇ ਵਿੱਚ ਅੱਲਾ ਪਾਕ ਜਿਹੜਾ ਇਹਨਾਂ ਨੂੰ ਇਹ ਰਾਸ਼ਨ ਆ ਅੱਲਾ ਪਾਕ ਦੀ ਤਰਫੋਂ ਤੁਹਾਡੇ ਵਾਸਤੇ ਤੇ ਤੁਹਾਡੇ ਬੇਟੇ ਵਾਸਤੇ ਸਹੀ ਅੱਲਾ ਪਾਕ ਕਰਮ ਕਰੇ ਹਿੰਮਤ ਆਵੇ ਅੱਲਾ ਪਾਕ ਤੁਹਾਨੂੰ ਤੁਹਾਡੀ ਹਿੰਮਤ ਆ ਕਿ ਤੁਸੀਂ ਛੋਟੇ ਜਿਹੇ ਬੱਚੇ ਨੂੰ ਵੀ ਸਾਥ ਦੇ ਜੇ ਤੇ ਰੋਜ਼ੀ ਰੋਟੀ ਵੀ ਕਾੜਦੇ ਜੀ ਕੀ ਕਰੂੰਗਾ ਜੀ ਇਹਦੇ ਵਿੱਚ ਸਾਰੀਆਂ ਚੀਜ਼ਾਂ ਮੌਜੂਦ ਆ ਕਿਉਂ ਨਮਕ ਮਰਚ

ਜੀ ਜੀ ਤੇ ਇਹ ਤੁਸੀਂ ਰੱਖੋ ਇਨਸ਼ਾਅੱਲਾ ਦੁਬਾਰਾ ਵੀ ਚੱਕਰ ਲਾਵਾਂਗੇ ਇਹ ਦੱਸੋ ਇਹ ਬਲੂਨ ਵਗੈਰਾ ਤੋਂ ਇਲਾਵਾ ਕੋਈ ਤੁਹਾਨੂੰ ਕੰਮ ਕਰਵਾ ਕੇ ਦਈਏ ਤੇ ਕੋਈ ਕੰਮ ਕਰਵਾ ਲਓ ਭਾਈ ਜੀ ਕਿਹੜਾ ਕੰਮ ਰੇੜੀ ਵਗੈਰਾ ਲਾ ਲਓਗੇ ਰੇੜੀ ਕੋਈ ਮੈਨੂੰ ਕੋਈ ਫਰੂਟਾਂ ਦੀ ਰੇੜੀ ਬੰਦ ਲਾਵੋ ਠੀਕ ਫਰੂਟ ਕਿੱਥੇ ਸੇਲ ਕਰੋਗੇ ਸੇਲ ਤਾਂ ਇਧੇ ਮਤਲਬ ਪੁੱਲ ਦੇ ਲਾ ਕਰਦੇ ਅੱਛਾ ਤੇ ਪੁੱਲ ਹੀ ਭਾਈ ਜੀ ਅੱਛਾ ਇਧਰ ਹੀ ਪਤਾ ਸੇਲ ਕਰਦੇ ਹਾਂ ਚਲੋ ਬਾਈ ਰਾਹ ਫੈਲਾ ਦਾ ਤੁਹਾਡੇ ਘਰ ਪਾਣੀ ਦਾ ਇੰਤਜ਼ਾਮ ਨਹੀਂ ਹੈ ਸੋਟੀ ਕੇ ਸਾਰਿਆਂ ਤੋਂ ਪਹਿਲੇ ਦਿਨ ਨੂੰ ਕਰਵਾ ਕੇ ਵੀ ਹੈ ਪਾਣੀ ਲੈ ਤੇ ਇਹ ਜਗਾ ਇਹਨਾਂ ਦੀ ਆਪਣੀ ਆ ਜਗਾ ਆਪਣੀ ਜਗਾ ਜਗਾ ਆਪਣੀ ਅੱਛਾ ਫਿਰ ਠੀਕ ਆ ਮੈਂ ਕਿਹਾ ਉਹ ਨਾ ਹੋਵੇ ਬੋਰ ਕਰਵਾਈਏ ਤੇ ਕਿਸੇ ਦੀ ਜਗਾ ਹੋਵੇ ਕੋਈ ਠਾਣਾ ਦੇਵੇ ਤੇ ਮੈਂ ਬਾਬਾ ਦਾ ਸ਼ੇਰ ਨਾ ਪਹਿਲੇ ਅੱਛਾ ਬਾਬਾ ਦਾ ਸ਼ੇਰ ਨਹੀਂ ਸਹੀ ਸਹੀ ਉੱਥੇ ਰੋਣਾ ਮੈਂ ਉੱਥੇ ਵੇਚ ਆਇਆ ਅੱਛਾ ਪਰ ਇੱਥੇ ਪਲਾਟਾਂ ਲਗੇ ਚਲੋ ਸਹੀ ਆ ਇਹ ਇਹ ਮੇਰਾ ਭਾਈ ਵੱਡਾ ਵੇਚ ਗਿਆ ਅੱਛਾ ਤੇ ਪਿਛਲਾ ਹੂੰ ਹੂੰ ये मेरे भाई सही, सही। चलो सही सब तो पहले तो मौसम इन्होंने पानी का मसला हल करो क्योंकि प्यो पोत तो दो रेन्दे भरना मुश्किल ਚਲੋ ਇਨਸ਼ਾਅੱਲਾ ਬਹੁਤ ਜਲ ਤੁਹਾਡਾ ਪਾਣੀ ਵੀ ਲੱਗ ਜਾਏਗਾ ਬਹੁਤ ਸਾਰੇ ਭੈਣ ਭਰਾ ਸਾਨੂੰ ਦੇਖ ਰਹੇ ਨੇ ਜਿਹੜਾ ਤੁਹਾਡੇ ਵਾਸਤੇ ਦੁਆ ਕਰਣਗੇ ਅੱਲਾਹ ਤਾਲਾ ਤੁਹਾਨੂੰ ਹਿੰਮਤ ਦੇਵੇ ਤੇ ਇਹ ਛੋਟਾ ਜਿਹਾ ਬੱਚਾ ਤੁਸੀਂ ਸੰਭਾਲਦੇ ਹੋ ਅੱਲਾਹ ਪਾਕੇ ਇਹਨੂੰ ਵੀ ਸਲਾਮਤ ਰੱਖੇ ਜਿੱਦੋਂ ਤੇ ਮੈਂ ਖਿਦਮਤ-ਏ-ਖਲਕ ਦਾ ਕੰਮ ਕਰ ਰਹੀ ਆ ਮੈਂ ਪਹਿਲੀ ਦਫਾ ਇਸ ਬਾਪ ਨੂੰ ਦੇਖਿਆ ਇਸ ਭਾਈ ਨੂੰ ਦੇਖਿਆ ਕਿ ਆਪਣੇ ਛੋਟੇ ਜਿਹੇ ਬੱਚੇ ਦੇ ਨਾਲ ਮਿਹਨਤ ਮਜ਼ਦੂਰੀ ਕਰ ਰਿਹਾ ਹੋਵੇ ਇਸ ਚੀਜ਼ ਨਾਲ ਬੜਾ ਮੇਰਾ ਦਿਲ ਜਿਹੜਾ ਨਾ ਉਹ ਇੱਕ ਕਿਸਮ ਦਾ ਇੱਕ ਦੁੱਖਿਆ ਵੀ ਬਹੁਤ ਜ਼ਿਆਦਾ ਵਾ ਕਿ ਇੱਕ ਬੰਦਾ ਆਪਣੀ ਰੋਜ਼ੀ-ਰੋਟੀ ਕਮਾਵੇ ਜਾਂ ਆਪਣੇ ਛੋਟੇ ਬ ਇੰਨੀ ਜ਼ਿਆਦਾ ਤੇਜ਼ ਧੁੱਪ ਦੇ ਵਿੱਚ ਛੋਟੇ ਜਿਹੇ ਬੱਚੇ ਨੂੰ ਲੈ ਕੇ ਗਰਮੀ ਦੇ ਵਿੱਚ ਬਾਹਰ ਫਿਰਦੇ ਆ ਬਲੂਨ ਵਗੈਰਾ ਸੇਲ ਕਰਦੇ ਆ ਕਦੀ ਸੇਲ ਹੁੰਦੇ ਆ ਕਦੀ ਨਹੀਂ ਹੁੰਦੇ ਘਰ ਦੇ ਵਿੱਚ ਪਾਣੀ ਹੈ ਨਹੀਂਗਾ ਘਰ ਦੀ ਹਾਲਤ ਤੁਸੀਂ ਦੇਖੋ ਆ ਦੋ ਕਿਟਾਂ ਖਣੀਆਂ ਕਰਕੇ ਇਹਨਾਂ ਨੇ ਆਪਣਾ ਚੁੱਲ੍ਹਾ ਵਗੈਰਾ ਬਣਾਇਆ ਹੋਇਆ ਇਹਦੇ ਤੇ ਰੋਟੀ ਵਗੈਰਾ ਪਕਾਉਂਦੇ ਆ ਆਪ ਤੇ ਆਪਣੇ ਬੱਚੇ ਨੂੰ ਜਿਹੜਾ ਨਾ ਹਾਂਜੀ ਖਿਲਾਉਂਦੇ ਆ بیوی ਫੋਥ ਹੋਈ ਨੂੰ 2 ਸਾਲ ਹੋ ਗਿਆ 2 ਸਾਲ ਤੋਂ ਖੁਦ ਹੀ ਆਪਣਾ ਛੋਟਾ ਜਿਹਾ ਬੱਚਾ ਸੰਭਰੇ ਆ ਤੇ ਖੁਦ ਹੀ ਜਿਹੜਾ ਨਾ ਰੋਟੀ ਸਾਲਨ ਬਣਾਉਂਦੇ ਆ ਕਮਰੇ ਦੇ ਵਿੱਚ ਜਗ੍ਹਾ ਨਹੀਂ ਹੈਗੀ ਕਿ ਜਿੱਥੇ ਇਹ ਬਹਿ ਜਾਣ ਜਾਂ ਖਲੋ ਜਾਣ ਜ਼ੈਰੀ ਗੱ ਔਰਤੋਂ ਬਿਗੈਰ ਵੀ ਕੋਈ ਘਰ ਮੁਕੰਮਲ ਨਹੀਂ ਹੁੰਦਾ ਅੱਲਾਹ ਪਾਕ ਇਹਨਾਂ ਨੂੰ ਹਿੰਮਤ ਦੇਵੇ ਕੋਸ਼ਿਸ਼ ਕਰਾਂਗੇ ਇਹਨਾਂ ਦੇ ਮਜ਼ੀਦ ਕੰਮ ਆਉਂਦੇ ਰਹੀਏ ਤੇ ਇਹਨਾਂ ਦਾ ਪਾਣੀ ਦਾ ਮਸਲਾ ਜਿਹੜਾ ਵਾ ਉਹ ਇਨਸ਼ਾਅੱਲਾ ਬਹੁਤ ਜਲਦ ਹੱਲ ਕਰਾਂਗੇ ਇਸ ਤਰ੍ਹਾਂ ਦਾ ਹੋਰ ਕੋਈ ਕੰਮ ਹੋਵੇ ਜਿਹੜਾ ਇਹ ਕਰਨ ਤੇ ਇਹਨਾਂ ਦਾ ਤੇ ਇਹਨਾਂ ਦਾ ਬੱਚੇ ਦਾ ਜਿਹੜਾ ਨਾ ਮਸਤਕਬਲ ਬਣ ਜਾਵੇ ਤੇ ਇਹਨਾਂ ਵਿਚਾਰਿਆਂ ਦੀ ਰੋਟੀ ਰੋਜ਼ੀ ਪੂਰੀ ਹੁੰਦੀ ਰਹੇ ਗਰੀਬ ਬੰਦੇ ਨੂੰ ਹੋਰ ਕੁਝ ਨਹੀਂ ਚਾਹੀਦਾ ਹੁੰਦਾ ਦੋ ਵਕਤ ਦੀ ਅਗਰ ਰੋਟੀ ਪੂਰੀ ਹੋ ਜਾਵੇ ਤੇ ਉਹ ਹੀ ਇਹਨਾਂ ਵਾਸਤੇ ਬਹੁਤ ਹੁੰਦਾ ਬਕਾਇਆ ਤਾਂ ਇਹਨਾਂ ਦੀਆਂ ਖਵਾਇਸ਼ਾਂ ਵਿਚਾਰਿਆਂ ਦੀਆਂ ਵੈਸੇ ਹੀ ਖਤਮ ਹੋ ਸੋਨਸਾਂ ਦੇ ਇਲਾਕਾ ਤਪਦੀ ਰੇਤ ਦੇ ਉੱਤੇ ਇਹ ਪਿਓ ਤੇ ਬੇਟਾ ਜਿਹੜਾ ਨਾ ਰਹਿ ਰਹੇ ਨੇ ਬਾਪ ਬੇਟਾ ਬਗੈਰ ਲੈਡ ਤੋਂ ਬਗੈਰ ਪਾਣੀ ਤੋਂ ਬਗੈਰ ਆਪਣੀ ਘਰ ਵਾਲੀ ਤੋਂ ਅੱਲਾਹ ਪਾਕੇ ਇਹਨਾਂ ਨੂੰ ਹਿੰਮਤ ਦੇਵੇ ਇਨਸ਼ਾ ਅੱਲਾ ਇਹਨਾਂ ਦੇ ਨਾਲ ਰਵਾਂਗੇ ਇਸ ਟਾਈਮ ਗਰਮੀ ਜਿਹੜੀ ਕੰਡੀਸ਼ਨ ਹੈ ਬਹੁਤ ਜ਼ਿਆਦਾ ਹਾਂ ਜੀ ਬਹੁਤ ਤੇਜ਼ ਤੋਂ ਅੱਲਾਹ ਜਾਣਦਾ ਜਾਂ ਅਸੀਂ ਜਾਣਦੇ ਹਾਂ ਕਿਉਂਕਿ ਜਿਹੜੇ ਲੋਕ ਠੰਡੇ ਇਲਾਕਿਆਂ ਦੇ ਵਿੱਚ ਆ ਹਾਂ ਜੀ ਉਹ ਉਹਨਾਂ ਨੂੰ ਤਾਂ ਜ਼ਾਇਰੀ ਗੱਲ ਆ ਹਰ ਪਾਸੇ ਠੰਢੀ ਠੰਢੀ ਉਹ ਨਹੀਂ ਮਹਿਸੂਸ ਨਹੀਂ ਕਰਦੇ ਹਾਂ ਜੀ ਸਹੀ ਗੱਲ ਆ ਤੇ ਜਿਹੜਾ ਬੰਦਾ ਨਿਕਲਦਾ ਵਾ ਨਾ ਇਸ ਮੇਜੋਂ ਹੁੰਦਾ ਵਾ ਇਸ ਗਰੀਬ ਬੰਦਿਆਂ ਨੇ ਮਿਲੀ ਦਾ ਵਾ ਫਿਰ ਸਾਨੂੰ ਅੰਦਾਜ਼ਾ ਹੁੰਦਾ ਕਿ ਕਿੰਨੀ ਜ਼ਿਆਦਾ ਗਰਮੀ ਪੈ ਰਹੀ ਹੈ ਤੇ ਇਹ ਲੋਕ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਆ ਖੈਰ ਅੱਲਾਹ ਪਾਕ ਸਭ ਤੇ ਕਰਮ ਕਰੇ ਬਹੁਤ ਸ਼ੁਕਰੀਆ ਖੁਸ਼ ਰਹੋ ਖੁਸ਼ੀਆਂ ਵੰਡੋ ਅੱਲਾਹ ਦੇ ਹਵਾਲੇ ਇਹ ਤੁਸੀਂ ਜਗਾ ਦੇਖ ਸਕਦੇ ਹੋ ਯਕੀਨ ਕਰੋ ਇਦਾਂ ਦੀ ਜਗਾ ਤੇ ਤਾਂ ਜਾਨਵਰ ਨਹੀਂ ਬੈਠਦੇ ਕਿੱਥੇ ਇਹ ਵਿਚਾਰੇ ਸੌਣ ਤੇ ਮਜਬੂਰ ਆ ਚਾਰ ਪਾਈਆਂ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਹਾਂਜੀ ਬੈੱਡ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਤੁਸੀਂ ਤੇ ਮੇਰੇ ਭਾਈ ਜੇ ਦੀ ਨਾ ਕਮਜ਼ ਕਮ ਤੁਸੀਂ ਸਫਾਈ ਰੱਖਿਆ ਕਰੋ ਘਰ ਦੀ ਠੀਕ ਹੈ ਨਾ ਆਪਣੀਆਂ ਮੰਜੀਆਂ ਨੂੰ ਚਾਰ ਪਾਈਆਂ ਨੂੰ ਨਾ ਇਹਨਾਂ ਨੂੰ ਕਮਜ਼ ਕਮ ਧੋ ਲਿਆ ਕਰੋ ਤੁਸੀਂ ਪਾਣੀ ਲਗਵਾਵਾਂਗੇ ਨਾ ਤੇ ਫਿਰ ਧੋਣਗੇ ਪਾਣੀ ਜੋ ਹੈ ਨੀਗਾ ਘਰ ਦੇ ਵਿੱਚ ਹਾਂ ਪਾਣੀ ਹੋਏਗਾ ਤੇ ਧੋਣਗੇ ਜਦੋਂ ਪਾਣੀ ਨਾ ਹੋਇਆ ਤਾਂ ਕੀ ਧੋਣ ਹਾਂ